ਮੇਰਾ ਨਾਮ ਰਜਿੰਦਰ ਕੁਮਾਰ ਮਹਿੰਦਰੂ ਹੈ ਜੀ। ਪਿਛਲੇ ਦਿਨਾਂ ਦੇ ਵਿੱਚ ਮੇਰੇ ਬੇਟੇ ਦੇ ਪੇਟ ਦੇ ਵਿੱਚ ਦਰਦ ਹੋਈ ਸੀ। ਅਸੀਂ ਵਿਸ਼ਵ ਕੁਮਾਰ ਮਹਿੰਦਰੂ ਨੂੰ ਦੁਆਬਾ ਹਾਸਪਿਟਲ ਦੇ ਵਿੱਚ ਦਾਖਲ ਕਰਵਾਇਆ ਸੀ, ਜਿੱਥੇ ਕਿ ਉਹਨੂੰ ਛੋਟੀ ਜਿਹੀ ਦਰਦ ਹੋਣ ਦੇ ਬਾਅਦ ਵੀ ਸਾਡੇ ਬਾਰ ਬਾਰ ਕਹਿਣ ਦੇ ਬਾਅਦ ਵੀ ਡਾਕਟਰ ਨੇ ਬਿਲਕੁਲ ਧਿਆਨ ਨਹੀਂ ਕੀਤਾ, ਆਪਰੇਸ਼ਨ ਕੀਤਾ ਔਰ ਬਹੁਤ ਸਾਰੇ ਜਿਹੜੇ ਮੈਡੀਕਲ ਦੇ ਟੈਸਟ ਵਗੈਰਾ ਹੋਣੇ ਚਾਹੀਦੇ ਸੀ ਉਹਨਾਂ ਨੂੰ ਨਹੀਂ ਧਿਆਨ ਚ ਰੱਖਿਆ, ਔਰ ਉਹਦੇ ਨਾਲ ਸਾਨੂੰ ਪੁੱਛਣ ਦੇ ਬਾਰ ਬਾਰ ਦੱਸਣ ਤੇ ਵੀ ਉਹਨੇ ਧਿਆਨ ਨਹੀਂ ਕੀਤਾ, ਕਿਸੇ ਤਰ੍ਹਾਂ ਦਾ ਇਨਵੈਸਟੀਗੇਟ ਨਹੀਂ ਕੀਤਾ। ਔਰ ਮੇਰੇ ਬੇਟੇ ਦੀ 15 ਸਾਲ ਦੇ ਵਿਸ਼ਵ ਕੁਮਾਰ ਮਹਿੰਦਰੂ ਜੋ ਕਿ ਮੇਰਾ ਬੇਟਾ ਸੀ ਉਸਦੀ ਮੌਤ ਹੋ ਗਈ, ਔਰ ਡਾਕਟਰ ਬਿਲਕੁਲ ਇਸ ਗੱਲ ਨੂੰ ਮਤਲਬ ਉਸਨੇ ਸਾਡਾ ਸਾਰਾ ਪਰਿਵਾਰ ਖਤਮ ਕਰਕੇ ਰੱਖ ਦਿੱਤਾ ਹੈਗਾ ਜੀ। ਮੈਂ ਚਾਹੁੰਦਾ ਕਿ ਉਸ ਡਾਕਟਰ ਦੇ ਖਿਲਾਫ਼ ਜਿਹੜੀ ਹੈ ਕਾਰਵਾਈ ਹੋਵੇ ਤਾਂ ਕਿ ਮੇਰਾ ਬੇਟਾ ਤਾਂ ਗਿਆ, ਬਾਕੀ ਜਿਹੜੇ ਮੇਰੇ ਹੋਰ ਲੋਕਾਂ ਦੇ ਬੱਚੇ ਆ ਉਹ ਵੀ ਨਾ ਮਰ ਸਕਣ, ਔਰ ਸਾਡੇ ਬੱਚੇ ਨੂੰ ਵੀ ਇਸ ਦੀ ਮੌਤ ਦਾ ਇਨਸਾਫ਼ ਮਿਲ ਸਕੇ। ਅਸੀਂ ਇਸ ਦੀ ਕੰਪਲੇਂਟ ਜਿਹੜੀ ਹੈ ਦਿੱਤੀ ਹੋਈ ਹੈ, ਔਰ 4 ਡਾਕਟਰਸ ਦੇ ਪੈਨਲ ਨੇ ਇਸ ਦਾ ਪੋਸਟਮਾਰਟਮ ਕੀਤਾ ਸਿਵਲ ਹਸਪਤਾਲ ਜਲੰਧਰ ਦੇ ਵਿੱਚ, ਔਰ ਉਸ ਦੀ ਰਿਪੋਰਟ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਪੁਲਿਸ ਇਹ ਵੇਟ ਕਰ ਰਹੀ ਹੈ ਕਿ ਉਸ ਦੀ ਰਿਪੋਰਟ ਜਿਹੜੀ ਆਏਗੀ, ਲੇਕਿਨ ਉਸ ਦੀ ਰਿਪੋਰਟ ਕਈ ਵਾਰ ਬਹੁਤ ਜ਼ਿਆਦਾ ਟਾਈਮ ਲੱਗਦਾ, ਤੇ ਅਸੀਂ ਇਹ ਚਾਹੁੰਦੇ ਹਾਂ ਕਿ ਪੁਲਿਸ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਉਸ ਦੀ ਰਿਪੋਰਟ ਜਿਹੜੀ ਆ ਜਲਦੀ ਤੋਂ ਜਲਦੀ ਐਸ ਸੂਨ ਐਸ ਪੋਸੀਬਲ ਲੈ ਕੇ ਤੇ ਉਸ ਡਾਕਟਰ ਦੇ ਉੱਤੇ ਜਿਹੜੀ ਆ ਕਾਰਵਾਈ ਕੀਤੀ ਜਾਵੇ ਤਾਂ ਕਿ ਸਾਡੇ ਬੱਚੇ ਦੀ ਮੌਤ ਦਾ ਸਾਨੂੰ ਜਿਹੜਾ ਉਹ ਇਨਸਾਫ਼ ਮਿਲ ਸਕੇ। ਕੌਣ ਡਾਕਟਰ ਜ਼ਿੰਮੇਵਾਰ ਹੈ, ਤੇਰਾ ਨਾਮ ਦੱਸੋ। ਡਾਕਟਰ ਆਸ਼ੂਤੋਸ਼ ਗੁਪਤਾ ਦੁਆਬਾ ਹਸਪਤਾਲ ਨਕੋਦਰ ਚੌਕ ਜਲੰਧਰ ਦਾ ਡਾਕਟਰ ਹੀ, ਔਰ ਰਾਜੀਵ ਸੂਦ ਜਿਸ ਡਾਕਟਰ ਨੇ ਆਪਰੇਟ ਕੀਤਾ ਸੀ, ਔਰ ਆਪਰੇਟ ਕਰਨ ਤੋਂ ਬਾਅਦ ਕਦੇ ਵੀ ਉਹਨੇ ਆ ਕੇ ਇੱਕ ਵਾਰੀ ਵੀ ਚੈੱਕ ਨਹੀਂ ਕੀਤਾ ਕਿ ਇਸ ਆਪਰੇਸ਼ਨ ਦੇ ਕਾਰਨ ਕਿਸੇ ਤਰ੍ਹਾਂ ਦੀ ਕੋਈ ਕੰਪਲੀਕੇਸ਼ਨ ਤਾਂ ਨਹੀਂ ਹੋਈ, ਉਹਨੇ ਆ ਕੇ ਬਿਲਕੁਲ ਵੀ ਚੈੱਕ ਨਹੀਂ ਕੀਤਾ। ਔਰ ਆਸ਼ੂਤੋਸ਼ ਗੁਪਤਾ ਨੇ ਬਿਲਕੁਲ ਇਸ ਚੀਜ਼ ਨੂੰ ਲਾਪਰਵਾਹੀ ਦੇ ਨਾਲ ਦੇਖਦੇ ਹੋਏ ਸਾਡੇ ਬਾਰ ਬਾਰ ਕਹਿਣ ਦੇ ਉੱਤੇ ਵੀ ਕਿ ਬੱਚਾ ਸਾਡਾ ਅਨਕੌਂਸ਼ੀਅਸ ਹੋ ਰਿਹਾ, ਉਸਨੇ ਇਸ ਚੀਜ਼ ਨੂੰ ਇਗਨੋਰ ਕਰਦੇ ਹੋਏ ਸਾਨੂੰ ਸਿਰਫ ਇਹ ਕਹਿੰਦਾ ਰਿਹਾ ਕਿ ਤੁਸੀਂ ਬੱਚੇ ਨੂੰ ਸੌਣ ਨਹੀਂ ਦੇ ਰਹੇ, ਬੱਚਾ ਇਰੀਟੇਟ ਹੋ ਰਿਹਾ ਉਸਨੂੰ ਤੁਸੀਂ ਸੌਣ ਦਿਓ। ਸਿਰਫ ਉਹ ਸੌਣ ਦੇ ਚੱਕਰ ਦੇ ਵਿੱਚ ਬੱਚੇ ਦਾ ਲੀਵਰ ਡੈਮੇਜ ਹੋ ਗਿਆ, ਔਰ ਸਾਨੂੰ ਇਸਨੇ ਉਦੋਂ ਦੱਸਿਆ ਜਦੋਂ ਬੱਚਾ ਬਿਲਕੁਲ ਆਪਣੇ ਹੋਸ਼ ਖੋ ਚੁੱਕਿਆ, ਔਰ ਹੋਸ਼ ਖੋ ਕੇ ਉਹ ਆਪਣੇ ਆਪ ਨੂੰ ਜਦੋਂ ਕੰਟਰੋਲ ਤੋਂ ਬਾਹਰ ਹੋ ਗਿਆ, ਔਰ ਇਸ ਨੇ ਡਾਕਟਰ ਅਮਿਤ ਸਿੰਘਲ ਨੂੰ ਬੁਲਾਇਆ, ਡਾਕਟਰ ਅਮਿਤ ਸਿੰਘਲ ਨੇ ਆ ਕੇ ਸਾਨੂੰ ਦੱਸਿਆ ਕਿ ਇਸਦਾ ਲੀਵਰ ਡੈਮੇਜ ਹੋ ਗਿਆ, ਔਰ ਇਸ ਨੂੰ ਜਾਂ ਤਾਂ ਮੇਰੇ ਹਾਸਪਿਟਲ ਸ਼ਿਫਟ ਕਰ ਲਓ ਜਾਂ ਇਹਨੂੰ ਕਿਤੇ ਹੋਰ ਲੈ ਜਾਓ। ਅਸੀਂ DMC ਲੁਧਿਆਣਾ ਲੈ ਕੇ ਗਏ, ਉਹਨਾਂ ਨੇ ਜਾ ਕੇ ਇਨਵੈਸਟੀਗੇਟ ਕਰ ਦੇ ਵਿੱਚ ਇਹਦਾ ਆਪਰੇਸ਼ਨ ਨਹੀਂ ਸੀ ਹੋਣਾ ਚਾਹੀਦਾ, ਔਰ ਇਹਦਾ ਜਿਹੜਾ ਆਪਰੇਸ਼ਨ ਹੋਇਆ ਹੈਗਾ ਇਹ ਕਿਸ ਮਹਾਨ ਡਾਕਟਰ ਨੇ ਕਰਤਾ ਜਿਹੜਾ ਕਿ ਇਸ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਉਹਦਾ ਆਪਰੇਟ ਕੀਤਾ ਗਿਆ। ਜਸਟ ਅਪੈਂਡਿਕਸ ਦਾ ਆਪਰੇਸ਼ਨ ਸਾਨੂੰ ਡਾਕਟਰ ਆਸ਼ੂਤੋਸ਼ ਗੁਪਤਾ ਨੇ ਦੱਸਿਆ ਸੀਗਾ ਕਿਉਂਕਿ ਉਹਦੇ ਪੇਟ ਦੇ ਵਿੱਚ ਦਰਦ ਸੀ, ਔਰ ਇਹਨੇ ਦੱਸਿਆ ਕਿ ਇੱਕ ਮਾਮੂਲੀ ਜੀ ਗੱਲ ਹੈ, ਇਹਦਾ ਛੋਟਾ ਜਿਹਾ ਆਪਰੇਸ਼ਨ ਹੋਣਾ ਹੈਗਾ, ਔਰ ਇਹਨੇ ਆਪਰੇਟ ਕੀਤਾ, ਔਰ ਆਪਰੇਸ਼ਨ ਤੋਂ ਬਾਅਦ ਮੈਡੀਸਿਨ ਐਸੀਆਂ ਦਿੰਦੇ ਰਹੇ ਤਾਂ ਕਿ ਉਸ ਬੱਚੇ ਨੂੰ ਇਨਵੈਸਟੀਗੇਟ ਕਰਨ ਦੀ ਬਜਾਏ ਉਹਨੂੰ ਦਰਦ ਹੋਣੀ ਇਹਨਾਂ ਨੇ ਦਵਾਈ ਦੇ ਦੇਣੀ, ਉਹਨਾਂ ਨੂੰ ਬੁਖਾਰ ਹੋਣਾ ਇਹਨਾਂ ਨੇ ਇੰਜੈਕਸ਼ਨ ਦੇ ਦੇਣੇ, ਉਹ ਬੱਚਾ ਬੇਹੋਸ਼ ਹੁੰਦਾ ਰਿਹਾ, ਸਾਨੂੰ ਇਹ ਕਹਿੰਦਾ ਰਿਹਾ ਕਿ ਉਹ ਰੈਸਟ ਕਰ ਰਿਹਾ, ਉਹਨੂੰ ਰੈਸਟ ਕਰਨ ਦਿਓ, ਇਰੀਟੇਟ ਨਾ ਕਰੋ, ਤੇ ਉਹ ਬੱਚੇ ਦਾ ਲੀਵਰ ਡੈਮੇਜ ਹੋ ਗਿਆ। ਜਦੋਂ ਤੱਕ ਮੈਂ ਪੈਸੇ ਦਾ ਇੰਤਜ਼ਾਮ ਕਰਦਾ, ਮੈਂ 30 ਤੋਂ 35 ਲੱਖ ਰੁਪਏ ਲਈ ਆਪਣਾ ਘਰ ਸੇਲ ਕੀਤਾ, ਘਰ ਸੇਲ ਕਰਕੇ ਮੈਂ ਇੱਕ ਦਿਨ ਦੇ ਵਿੱਚ ਪੈਸਿਆਂ ਦਾ ਇੰਤਜ਼ਾਮ ਜਦੋਂ ਤੱਕ ਕੀਤਾ, ਲੇਕਿਨ ਮੇਰੇ ਸਾਰੇ ਪਰਿਵਾਰ ਨੇ, ਰਿਸ਼ਤੇਦਾਰਾਂ ਨੇ ਸਾਨੂੰ ਪੈਸੇ ਵੀ ਇਕੱਠੇ ਕਰਕੇ ਦਿੱਤੇ, ਪਰ ਅਸੀਂ ਉਹ ਪੈਸੇ ਵੀ ਜਦੋਂ ਤੱਕ ਇਕੱਠੇ ਕਰਕੇ ਆਪਣਾ ਐਂਬੂਲੈਂਸ ਕਰਕੇ ਅਸੀਂ ਉਸ ਬੱਚੇ ਨੂੰ ਸ਼ਿਫਟ ਕਰਕੇ ਗੁੜਗਾਉਂ ਲਿਜਾ ਸਕਦੇ, ਉਹਦੇ ਤੋਂ ਪਹਿਲਾਂ ਹੀ ਉਸ ਬੱਚੇ ਦੀ ਪੋਜੀਸ਼ਨ ਕ੍ਰਿਟੀਕਲ ਹੋ ਗਈ, ਔਰ ਉਸ ਦੀ ਜਿਹੜੀ ਹੈ ਮੌਤ ਜਿਹੜੀ ਹੋ ਗਈ। ਔਰ ਮੈਂ ਇਸ ਡਾਕਟਰ ਨੂੰ ਔਰ ਰਾਜੀਵ ਸਿੰਘ ਡਾਕਟਰ ਨੂੰ ਦੋਨਾਂ ਨੂੰ ਇਸ ਦਾ ਗੁਨਾਹਗਾਰ ਮੰਨਦਾ ਔਰ ਜ਼ਿੰਮੇਵਾਰ ਮੰਨਦਾ, ਤੇ ਮੇਰੀ ਪੁਲਿਸ ਨੂੰ ਔਰ ਮੀਡੀਆ ਜੋ ਕਿ ਮੇਰਾ ਸਾਥ ਦੇ ਰਿਹਾ, ਮੈਂ ਇਹਨੂੰ ਗੁਜ਼ਾਰਿਸ਼ ਹੈ ਕਿ ਤੁਸੀਂ ਸਾਰੇ ਮੇਰੀ ਮਦਦ ਕਰਕੇ ਇਸ ਡਾਕਟਰ ਦੇ ਉੱਤੇ ਕਾਰਵਾਈ ਕਰਵਾਓ ਤਾਂ ਕਿ ਇਸ ਤਰ੍ਹਾਂ ਨਾਲ ਹੋਰ ਵੀ ਕਿਸੇ ਦਾ ਨੁਕਸਾਨ ਨਾ ਹੋ ਸਕੇ ਔਰ ਸਾਡੇ ਬੱਚੇ ਨੂੰ ਔਰ ਸਾਨੂੰ ਇਨਸਾਫ਼ ਮਿਲ ਸਕੇ।
ਥੋੜੇ ਬੈਠੋ ਬਾਤ ਕਰ ਸਕਦਾ ਹੈ ਨਿਸ਼ਚਿਤ ਹੋ ਗਿਆ 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 ਹੋ